ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਏ ਜੀ ਅੰਮ੍ਰਿਤਸਰ ਪੰਜਾਬ ਨਿਊਜ਼ ਚੈਨਲ। ਅੱਜ ਅਸੀਂ ਪਹੁੰਚੇ ਸਿਵਲ ਸਰਜਨ ਦਫ਼ਤਰ ਤੇ ਗੱਲਬਾਤ ਕੀਤੀ ਬੁਖਾਰ ਨੂੰ ਲੈ ਕੇ ਹੈਲਥ ਇੰਸਪੈਕਟਰ ਗੁਰਦੇਵ ਸਿੰਘ ਢਿੱਲੋਂ ਅਤੇ ਡਾਕਟਰ ਹਰਜੋਤ ਕੌਰ ਦੇ ਨਾਲ। ਮੈਂ ਡਾਕਟਰ ਹਰਜੋਤ ਕੌਰ ਹਾਂ, ਜ਼ਿਲ੍ਹਾ ਐਪੀਡੀਮੀਓਲੋਜਿਸਟ ਅੰਮ੍ਰਿਤਸਰ ਦੀ। ਬੁਖਾਰ ਦੇਖੋ, ਅੱਜ ਕੱਲ੍ਹ ਮੌਸਮ ਹੈ ਬੁਖਾਰ ਦਾ। ਬੁਖਾਰ ਦੇ ਕਈ ਕਾਰਨ ਹੋ ਸਕਦੇ ਆ, ਡੇਂਗੂ, ਚਿਕਨਗੁਨੀਆ, ਮਲੇਰੀਆ, ਟਾਈਫਾਇਡ, ਇਹ ਸਾਰਾ ਕੁਝ ਹੋ ਸਕਦਾ। ਸਾਡੇ ਕੋਲ ਅੱਜ ਕੱਲ੍ਹ ਡੇਂਗੂ ਦੇ ਕੇਸਿਸ ਆ ਰਹੇ ਨੇ, ਚਿਕਨਗੁਨੀਆ ਦੇ ਕੇਸਿਸ ਆ ਰਹੇ ਆ, ਟਾਈਫਾਇਡ ਦੇ ਵੀ ਕੇਸਿਸ ਆ ਰਹੇ ਨੇ, ਮਲੇਰੀਆ ਦੇ ਹਾਲੇ ਤੱਕ ਕੋਈ ਕੇਸ ਨਹੀਂ ਆਇਆ ਹੈ। ਡੇਂਗੂ ਦੇ ਹਾਲੇ ਤੱਕ ਸਾਡੇ ਕੋਲ 118 ਕੇਸ ਆ ਚੁੱਕੇ ਨੇ, ਚਿਕਨਗੁਨੀਆ ਦੇ ਸਾਡੇ ਕੋਲ ਆ ਚੁੱਕੇ ਨੇ 73 ਕੇਸਿਸ, ਜਿਨ੍ਹਾਂ 'ਚੋਂ ਐਕਟਿਵ 42 ਹੈਗੇ ਡੇਂਗੂ ਦੇ, 22 ਹੈਗੇ ਚਿਕਨਗੁਨੀਆ ਦੇ ਐਕਟਿਵ ਕੇਸਿਸ, ਬਾਕੀ ਸਾਰੇ ਕਿਓਰ ਹੋ ਚੁੱਕੇ ਆ। ਦੇਖੋ, ਡੇਂਗੂ ਅਤੇ ਚਿਕਨਗੁਨੀਆ ਹੁੰਦਾ ਤਾਂ ਸੇਮ ਮੱਛਰ ਦੇ ਕੱਟਣ ਨਾਲ ਹੀ ਹੈ, ਏਡੀਜ਼ ਮੱਛਰ ਦੇ ਕੱਟਣ ਨਾਲ ਹੀ ਬਿਮਾਰੀਆਂ ਦੋਨੋਂ ਹੁੰਦੀਆਂ ਨੇ। ਪਛਾਣ ਵੱਖਰੀ ਵੱਖਰੀ ਇੱਦਾਂ ਹੈ ਕਿ ਡੇਂਗੂ ਦੇ ਨਾਲ ਜਿਹੜੇ ਲੱਛਣ ਆਉਂਦੇ ਨੇ, ਬੁਖਾਰ ਆਉਂਦਾ, ਤੇਜ਼ ਬੁਖਾਰ ਹੁੰਦਾ, ਸਿਰ ਦਰਦ ਹੁੰਦਾ, ਮਾਸਪੇਸ਼ੀਆਂ 'ਚ ਦਰਦ ਹੁੰਦਾ, ਅੱਖਾਂ ਦੇ ਪਿਛਲੇ ਪਾਸੇ ਦਰਦ ਹੁੰਦਾ, ਕਈ ਵਾਰੀ ਖੂਨ ਵੀ ਆ ਸਕਦਾ ਮਸੂੜਿਆਂ 'ਚੋਂ, ਨੱਕ 'ਚੋਂ, ਕੰਨ 'ਚੋਂ, ਹੈ ਨਾ। ਪਰ ਜਿਹੜਾ ਚਿਕਨਗੁਨੀਆ ਹੈ ਉਹਦੇ 'ਚ ਫਰਕ ਕੀ ਹੁੰਦਾ, ਉਹਦੇ 'ਚ ਜੋੜਾਂ ਦਾ ਦਰਦ ਬਹੁਤ ਜ਼ਿਆਦਾ ਤੰਗ ਕਰਦਾ, ਜੋੜਾਂ ਦੇ ਵਿੱਚ ਸਵੈਲਿੰਗ ਵੀ ਹੋ ਸਕਦੀ ਹੈ, ਜੋੜਾਂ ਦੇ ਵਿੱਚ ਕੜਾਅ ਵੀ ਆ ਸਕਦਾ, ਸਟਿਫਨੈਸ ਹੋ ਸਕਦੀ ਹੈ ਅਤੇ ਪੇਨ ਵੀ ਹੁੰਦਾ। ਇਹ ਜਿਹੜਾ ਜੋੜਾਂ ਦਾ ਦਰਦ ਹੈ, ਇਹ ਬੁਖਾਰ ਉਤਰਨ ਤੋਂ ਬਾਅਦ ਵੀ ਚੱਲਦਾ ਰਹਿੰਦਾ ਅਤੇ ਹਫ਼ਤਿਆਂ ਤੱਕ, ਮਹੀਨਿਆਂ ਤੱਕ, ਈਵਨ ਕਿ ਸਾਲ ਤੱਕ ਵੀ ਇਹ ਰਹਿ ਸਕਦਾ ਜੋੜਾਂ ਦਾ ਦਰਦ, ਠੀਕ ਹੈ। ਇਸ ਤੋਂ ਬਚਾਉਣ ਨੂੰ ਕਹਿੰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਇਹੀ ਧਿਆਨ ਰੱਖਣਾ ਹੈ ਕਿ ਕਿਤੇ ਪਾਣੀ ਨਾ ਖੜਾ ਹੋਵੇ, ਕਿਉਂਕਿ ਮੱਛਰ ਜਿਹੜਾ ਹੈ ਇਹ ਆਪਣੇ ਆਂਡੇ ਪਾਣੀ ਦੇ ਵਿੱਚ ਦਿੰਦਾ, ਜਿੱਥੋਂ ਕਿ ਲਾਰਵਾ ਬਣਦਾ 3 ਤੋਂ 5 ਦਿਨਾਂ ਦੇ ਵਿੱਚ, ਜਿੱਥੋਂ ਕਿ ਪਿਊਪਾ ਬਣ ਕੇ 2-3 ਦਿਨਾਂ ਦੇ ਵਿੱਚ ਪੂਰੇ 7 ਦਿਨਾਂ ਦਾ ਸਾਈਕਲ ਹੁੰਦਾ, ਐਡਲਟ ਮੱਛਰ ਬਣ ਜਾਂਦਾ। ਇਸ ਲਈ ਆਪਾਂ ਕਹਿੰਦੇ ਹਾਂ ਕਿ 7 ਦਿਨਾਂ ਦੇ ਵਿੱਚ ਇੱਕ ਵਾਰੀ ਕੰਟੇਨਰ ਸਾਰੇ ਦੇਖਣੇ ਜ਼ਰੂਰੀ ਹੈ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ। ਹਫ਼ਤੇ 'ਚ ਇੱਕ ਵਾਰੀ ਜ਼ਰੂਰ ਆਪਣੇ ਕੂਲਰਾਂ ਦਾ ਪਾਣੀ ਚੇਂਜ ਕਰੋ, ਗਮਲਿਆਂ ਦੇ ਵਿੱਚ ਦੇਖੋ ਪਾਣੀ ਤਾਂ ਨਹੀਂ ਖੜਾ, ਗਮਲਿਆਂ ਦੇ ਥੱਲੇ ਜਿਹੜੀਆਂ ਪਲੇਟਾਂ ਹੁੰਦੀਆਂ ਨੇ ਸਪੈਸ਼ਲੀ ਉਹਦੇ ਵਿੱਚ ਪਾਣੀ ਖੜਾ ਹੁੰਦਾ। ਬਹੁਤ ਵਾਰੀ ਆਪਾਂ ਦੇਖਿਆ ਲੋਕਾਂ ਦੇ ਘਰਾਂ 'ਚ ਜਾਂਦੇ ਹਾਂ, ਜਿੱਥੇ ਆਊਟਬ੍ਰੇਕ ਹੋਈ ਹੁੰਦੀ ਹੈ ਉੱਥੇ ਆਪਾਂ ਸਰਵੇ ਕਰਾਉਂਦੇ ਹਾਂ, ਜਾਂਦੇ ਹਾਂ, ਦੇਖਦੇ ਹਾਂ, ਇਹਨਾਂ ਚੀਜ਼ਾਂ ਦੇ ਵਿੱਚ ਹੀ ਲਾਰਵਾ ਪਾਇਆ ਜਾਂਦਾ, ਠੀਕ ਹੈ। ਕੋਈ ਬੋਤਲਾਂ ਹੋ ਗਈਆਂ, ਬੋਤਲਾਂ ਦੇ ਢੱਕਣ ਹੋ ਗਏ, ਟੁੱਟੀਆਂ ਚੀਜ਼ਾਂ ਹੋ ਗਈਆਂ, ਟਾਇਰ ਹੋ ਗਏ, ਲੋਕਾਂ ਦੀਆਂ ਛੱਤਾਂ 'ਤੇ ਬਹੁਤ ਕੁਝ ਪਿਆ ਹੁੰਦਾ, ਉਹਨਾਂ 'ਚ ਪਾਣੀ ਖੜਾ ਹੁੰਦਾ। ਇਸ ਲਈ ਆਪਾਂ ਕਹਿੰਦੇ ਕਿ ਹਫ਼ਤੇ 'ਚ ਜ਼ਰੂਰ ਇੱਕ ਵਾਰੀ ਜਾ ਕੇ ਦੇਖੋ, ਜਾਂਚ ਕਰੋ, ਸਾਰੇ ਘਰੋ ਘਰੀ ਆਪਣੇ ਆਪਣੇ ਘਰਾਂ 'ਚ ਦੇਖਣ ਅਤੇ ਆਪਣੇ ਗੁਆਂਢੀਆਂ ਨੂੰ ਵੀ ਈਵਨ ਸੁਚੇਤ ਕਰਨ, ਕਿਉਂਕਿ ਗੁਆਂਢੀਆਂ ਦੇ ਘਰ ਲਾਰਵਾ ਹੋਏਗਾ, ਮੱਛਰ ਹੋਏਗਾ, ਤਾਂ ਉਹ ਵੀ ਤੁਹਾਨੂੰ ਹੀ ਲੜੇਗਾ, ਠੀਕ ਹੈ। ਸਾਡੀ ਸਿਹਤ ਵਿਭਾਗ ਦੀਆਂ 15 ਟੀਮਾਂ ਜ਼ਿਲ੍ਹੇ 'ਚ ਕੰਮ ਕਰ ਰਹੀਆਂ ਨੇ। ਜ਼ਿਲ੍ਹੇ 'ਚ ਤਾਂ ਜਿਹੜੇ ਪਿੰਡੂ ਲੈਵਲ 'ਤੇ SMOs ਆਪਣੀ ਆਪਣੀ ਟੀਮਾਂ ਲਾ ਰਹੇ ਨੇ, ਸ਼ਹਿਰ ਦੇ ਵਿੱਚ ਸਾਡੀਆਂ 15 ਟੀਮਾਂ ਕੰਮ ਕਰ ਰਹੀਆਂ ਨੇ, ਜਿਹੜੀਆਂ ਕਿ ਜਾ ਕੇ ਘਰੋ ਘਰੀ ਜਾ ਕੇ ਦੇਖਦੀਆਂ ਵੀ ਨੇ ਲਾਰਵਾ ਕਿੱਥੇ ਆ, ਉਹਨਾਂ ਨੂੰ ਲਾਰਵਾ ਡਿਸਕਾਰਡ ਕਰਕੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਨੇ। ਸਪਰੇਅ ਵੀ ਕੀਤਾ ਜਾਂਦਾ ਖੜ੍ਹੇ ਪਾਣੀ ਦੇ ਵਿੱਚ ਅਤੇ ਫੋਗਿੰਗ ਵੀ ਕੀਤੀ ਜਾਂਦੀ ਹੈ ਜਿੱਥੇ ਕੇਸ ਆਉਂਦਾ। ਕੇਸ ਦੇ ਅਰਾਊਂਡ 50-60 ਘਰਾਂ ਦੇ ਵਿੱਚ ਵੀ ਫੋਗਿੰਗ ਅਤੇ ਸਪਰੇਅ ਕੀਤਾ ਜਾਂਦਾ ਸਾਡੇ ਵੱਲੋਂ। ਅਤੇ ਇਹ ਇੱਕ ਮੈਂ ਲੋਕਾਂ ਨੂੰ ਜ਼ਰੂਰ ਸੰਦੇਸ਼ ਦੇਣਾ ਚਾਹਾਂਗੀ ਕਿ ਲੋਕ ਘਬਰਾਉਣ ਨਾ, ਕਿਉਂਕਿ ਇਹ ਜਿਹੜਾ ਪੈਟਰਨ ਹੈ ਨਾ, ਆਲਟਰਨੇਟ ਈਅਰਸ ਦਾ ਪੈਟਰਨ ਹੈ, 1 ਸਾਲ ਜ਼ਿਆਦਾ ਕੇਸ ਆਉਂਦੇ ਨੇ, 1 ਸਾਲ ਘੱਟ ਆਉਂਦੇ ਨੇ, ਇਹ ਪੈਟਰਨ ਹੈ। ਹੁਣ ਪਿਛਲੇ ਸਾਲ ਘੱਟ ਆਏ ਸੀ, 437 ਕੇਸ ਆਏ ਸੀ, ਉਸ ਤੋਂ ਪਿਛਲੇ ਸਾਲ 1687 ਕੇਸ ਆਏ ਸੀ, ਇੱਦਾਂ ਹੀ ਪੈਟਰਨ ਹੈ। ਇਸ ਸਾਲ ਜ਼ਿਆਦਾ ਆਉਣ ਦਾ ਖਦਸ਼ਾ ਹੈਗਾ, ਪਰ ਘਬਰਾਉਣ ਦੀ ਲੋੜ ਨਹੀਂ ਹੈਗੀ। ਬਚਾਅ ਦੇ ਤਰੀਕੇ ਇਹੀ ਨੇ ਜੋ ਮੈਂ ਹੁਣੇ ਦੱਸੇ ਨੇ, ਜੋ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਨੇ, ਪੰਜਾਬ ਸਰਕਾਰ ਵੱਲੋਂ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਨੇ, ਜੋ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਉਹਨੂੰ ਫੋਲੋ ਕਰਨ, ਘਬਰਾਉਣ ਨਾ ਅਤੇ ਅਫਵਾਹਾਂ ਵਿੱਚ ਨਾ ਆਉਣ ਲੋਕ, ਅਤੇ ਆਪਣਾ ਧਿਆਨ ਰੱਖਣ। ਚਲਾਨ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਪਾਣੀ ਖੜਾ ਮਿਲਦਾ, ਜਿੱਥੇ ਲਾਰਵਾ ਮਿਲਦਾ, ਸਾਡੇ ਵੱਲੋਂ ਹੁਣ ਤੱਕ 730 ਚਲਾਨ ਕੀਤੇ ਗਏ ਨੇ। ਇਹਨਾਂ ਦੇ ਵਿੱਚ ਜਿੱਥੇ ਵੀ ਸਾਨੂੰ ਲਾਰਵਾ ਮਿਲਿਆ ਉੱਥੇ ਅਸੀਂ ਚਲਾਨ ਕਰਦੇ, ਐਡਰੈਸ ਅਸੀਂ ਨੋਟ ਕਰਵਾਉਂਦੇ ਹਾਂ ਅਤੇ MC ਵਾਲੇ ਫਿਰ ਉਹ ਚਲਾਨ ਦੇ ਦਿੰਦੇ ਨੇ, ਉਸਦਾ ਚਲਾਨ ਉਸਦੇ ਘਰ ਆ ਜਾਂਦਾ ਲੋਕਾਂ ਦੇ। ਅਤੇ ਅਸੀਂ ਇਹੀ ਉਪਰਾਲਾ ਕਰ ਰਹੇ ਸੀ, ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਸੀ, ਪੋਸਟਰਸ ਵੀ ਘਰੋ ਘਰੀ ਵੰਡਦੇ ਹਾਂ ਆਪਣੇ, ਜਿੱਥੇ ਸਾਰੀ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਡੇਂਗੂ ਚਿਕਨਗੁਨੀਆ ਤੋਂ ਬਚਾਅ ਕਿਵੇਂ ਕਰਨਾ। ਅਸੀਂ ਮੈਕਸੀਮਮ ਆਪਣੀ ਕੋਸ਼ਿਸ਼ ਕਰ ਰਹੇ ਹਾਂ, ਪਰ ਲੋਕਾਂ ਨੂੰ ਇਹ ਆਪ ਹੀ ਧਿਆਨ ਦੇਣ ਦੀ ਲੋੜ ਹੈ। ਲੋਕ ਐਫਰਟ ਕਰਨਗੇ ਤਾਂ ਹੀ ਮੱਛਰ ਦਾ ਲਾਰਵਾ ਖਤਮ ਹੋ ਸਕਦਾ, ਨਹੀਂ ਤਾਂ ਖਤਮ ਹੋ ਨਹੀਂ ਸਕਦਾ, ਕਿਉਂਕਿ ਜ਼ਿਲ੍ਹੇ ਦੀ ਜਿੰਨੀ ਆਬਾਦੀ ਹੈਗੀ ਹੈ ਉਸ ਹਿਸਾਬ ਨਾਲ ਸਾਡੀਆਂ ਟੀਮਾਂ ਤਾਂ ਪੂਰਾ ਕੰਮ ਕਰ ਰਹੀਆਂ ਨੇ। ਪਰ ਘਰੋ ਘਰੀ ਜੇ ਲੋਕ ਆਪ ਨਹੀਂ ਧਿਆਨ ਦੇਣਗੇ ਤਾਂ ਫਿਰ ਲਾਰਵਾ ਖਤਮ ਹੋ ਨਹੀਂ ਸਕਦਾ, ਫਿਰ ਮੱਛਰ ਵੀ ਨਹੀਂ ਖਤਮ ਹੋ ਸਕਦਾ। ਇਹੀ ਹੈ, ਮੈਂ ਸੁਨੇਹਾ ਹੀ ਦੇਣਾ ਚਾਹੁੰਦੀ ਹਾਂ ਕਿ ਲੋਕ ਆਪਣਾ ਧਿਆਨ ਰੱਖਣ। ਦੇਖੋ, ਜਿਸ ਇੱਕ ਘਰ ਦੇ ਵਿੱਚ ਲਾਰਵਾ ਹੋਏਗਾ, ਉਹ ਪੂਰੇ ਮੁਹੱਲੇ ਨੂੰ ਹੀ ਮੱਛਰ ਉੱਥੋਂ ਪੈਦਾ ਹੋ ਕੇ ਪੂਰੇ ਮੁਹੱਲੇ ਨੂੰ ਬਿਮਾਰ ਕਰ ਸਕਦਾ। ਅਤੇ ਲੋਕ ਆਪਣੇ ਘਰੇ ਦੇਖਣ, ਆਪਣੇ ਸਗੋਂ ਗੁਆਂਢੀਆਂ ਨੂੰ ਵੀ ਦੱਸਣ, ਆਪਣੀ ਗਲੀ ਦੇ ਵਿੱਚ ਵੀ ਦੇਖਣ ਜਿੱਥੇ ਪਾਣੀ ਖੜਦਾ, ਉਹ ਕਾਰਪੋਰੇਸ਼ਨ ਨੂੰ ਦੱਸਣ, ਆਪਣੇ ਸਰਪੰਚ ਨੂੰ ਜਾਂ ਫਿਰ ਕੌਂਸਲਰ ਨੂੰ ਦੱਸਿਆ ਜਾ ਸਕਦਾ ਵੀ ਸਾਡੇ ਘਰ ਦੇ ਬਾਹਰ ਜਾਂ ਗਲੀ ਦੇ ਵਿੱਚ ਜਿੱਥੇ ਪਾਣੀ ਖੜਦਾ ਉਹਦਾ ਨਿਕਾਸ ਕਰੋ। ਸਾਡੇ ਸਿਹਤ ਵਿਭਾਗ ਨੂੰ ਦੱਸਿਆ ਜਾ ਸਕਦਾ ਜਿੱਥੇ ਜਿੱਥੇ ਪਾਣੀ ਖੜਦਾ ਅਸੀਂ ਉੱਥੇ ਸਪਰੇਅ ਕਰਦੇ ਹਾਂ।
ਠੀਕ ਹੈ, ਇਹ ਐਫਰਟਸ ਅਸੀਂ ਵੀ ਕਰ ਰਹੇ ਹਾਂ ਅਤੇ ਲੋਕਾਂ ਨੂੰ ਆਪ ਵੀ ਐਫਰਟ ਕਰਨ ਦੀ ਲੋੜ ਹੈ। ਪਰ ਇਹ ਹੈ ਕਿ ਅਫਵਾਹਾਂ ਵਿੱਚ ਨਾ ਆਉਣ ਲੋਕ, ਅਤੇ ਅਫਵਾਹਾਂ ਤੋਂ ਸੁਚੇਤ ਰਹਿਣ, ਅਤੇ ਜਿਵੇਂ ਅਸੀਂ ਜਾਣਕਾਰੀ ਦਿੰਦੇ ਹਾਂ ਉਹ 'ਤੇ ਐਕਟ ਕਰਨ, ਉਹਦਾ ਧਿਆਨ ਰੱਖਣ। ਬਸ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ।